ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਰੋਮਾਨੀਆ ਤੇ ਇਜ਼ਰਾਈਲ ਵਿੱਚ ਆਈਆਂ ਹੋਈਆਂ ਕੁਝ ਵੈਕੈਂਸੀਆਂ ਬਾਰੇ ਵੈਕੈਂਸੀਆਂ ਕੁਝ ਨਹੀਂ ਕਾਫੀ ਆ ਵੈਕੈਂਸੀਆਂ ਤੇ ਦੇਖਦੇ ਹਾਂ ਜੀ ਆਹ ਗੱਲ ਜਰੂਰ ਨੋਟ ਕਰ ਲੈਣੀ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਏਜੰਟ ਦੀ ਪੜਤਾਲ ਭਾਰਤੀ ਵਿਦੇਸ਼ ਮੰਤਰਾਲੇ ਦੇ ਟੋਲ ਫ੍ਰੀ ਨੰਬਰ 1800 11390 ਤੋਂ ਜਰੂਰ ਕਰ ਲਵੋ ਜੀ ਏਜੰਟ ਦਾ ਨਾਮ ਦੱਸੋ ਕਾਲ ਕਰਕੇ ਲਾਇਸੈਂਸ ਨੰਬਰ ਦੱਸੋ ਤਬੇਰੋਸ ਨਾਲ ਆਪਣੀ ਇਨਕੁਆਰੀ ਕਰ ਲਓ ਵੀ ਇਹ 에ਜੰਟ ਰਜਿਸਟਰਡ ਹੈ ਜਾਂ ਨਹੀਂ ਅੱਗੇ ਦੇਖੋ ਜੀ ਆਹ ਦੇਖੋ ਜੀ ਆਹ ਰੋਮਾਨੀਆਂ ਲਈ ਪੋਸਟਾਂ ਆਈਆਂ ਇੰਟਰਵਿਊ ਡੇਟ ਤੁਸੀਂ ਨੋਟ ਕਰ ਲੈਣੀ ਹੈ ਜੀ 23 ਨਵੰਬਰ 23 ਨਵੰਬਰ 2023 ਜਲੰਧਰ ਸਾਈਟ ਇਹ 에ਜੰਟਾਂ ਦੇ ਦੇਖੋ ਜੀ ਮੇਨ ਦਫਤਰ ਹੈ ਨਕੋਤਰ ਤੇ ਇਹਨਾਂ ਦੇ ਜਲੰਧਰ ਵਾਲੀ ਸਾਈਟ ਤੇ ਆ ਇੰਟਰਵਿਊ ਤੇ ਆਹ ਆਹ ਪੋਸਟਾਂ ਜੀ ਸੀਐਨਸੀ ਪ੍ਰੋਗਰਾਮਰ ਟਰੱਕ ਮੈਕੈਨਿਕ ਟਰੱਕ ਇਲੈਕਟ੍ਰੀਸ਼ੀਅਨ ਐਨੀਮਲ ਕੇਅਰ ਟੇਕਰ ਟਿਕ ਮਸ਼ੀਨ ਆਪਰੇਟਰ ਨਿਟਿੰਗ ਮਸ਼ੀਨ ਆਪਰੇਟਰ ਹਾਸਲਾਈ ਵਾਲੀ ਮਸ਼ੀਨ ਉਹਨਾਂ ਦੇ ਆਪਰੇਟਰ ਚਾਹੀਦੇ ਆ ਜੀ ਆ ਦੇਖੋ ਜਨਰਲ ਪੈਕਰ ਵਰਕਰ ਵੇਅਰ ਹਾਊਸ ਵਰਕਰ ਜਨਰਲ ਅਸੈਂਬਲੀ ਵਰਕਰ ਐਲਡਰਲੀ ਕੇਅਰਰ ਫੀਮੇਲ ਕਨਫੈਕਸ਼ਨਰੀ ਚੱਕਰ ਕੀ ਸੀ ਨਾ ਕਿ ਆ ਜਿਹੜੀ ਜਨਰਲ ਵਰਕਰ ਦੀਆਂ ਵੈਕੈਂਸੀਆਂ ਸੀ ਇਹ ਘਟ ਆ ਰਹੀਆਂ ਸੀਗੀਆਂ ਪੰਜਾਬ ਦੇ ਏਜੰਟਾਂ ਕੋਲ ਥੋੜੇ ਘਟ ਆ ਰਹੀਆਂ ਸੀਗੀਆਂ ਤਾਂ ਜਿਨ੍ਹਾਂ ਕੋਲ ਕੋਈ ਸਕਿੱਲ ਨਹੀਂ ਹੈ ਉਹ ਹੁਣ ਇੱਥੇ ਅਪਲਾਈ ਕਰ ਸਕਦੇ ਆ ਉਹਨਾਂ ਲਈ ਵਧੀਆ ਓਪਰਚ्युनिटी ਆ ਠੀਕ ਹੈ ਇਹ ਤੁਸੀਂ ਸਾਰੀਆਂ ਪੋਸਟਾਂ ਪੜ੍ਹ ਲੈਣੀਆਂ ਤੇ ਤੁਸੀਂ ਅੱਗੇ ਤਨਖਾਹਾਂ ਦੇਖ ਲੈਣੀਆਂ ਦੇਖੋ ਜੀ ਜਨਰਲੀ ਤਨਖਾਹਾਂ 600 ਡਾਲਰ 600 ਡਾਲਰ ਆ ਜੀ ਤੇ ਵਿੱਚ ਵਿੱਚ 700 ਵੀ ਆ ਇਹ ਤੁਸੀਂ ਪੜ੍ਹ ਲੈਣਾ ਜੀ 550 ਵੀ ਆ ਤੇ ਖਾਣਾ ਮਿਲੇਗਾ ਤੇ ਰਹਿਣਾ ਵੀ ਮਿਲੇਗਾ ਫੂਡ ਤੇ ਅਕਮੋਡੇਸ਼ਨ ਹੈ ਜੀ ਖਾਣਾ ਤੇ ਰਹਿਣਾ ਠੀਕ ਸਾਰਿਆਂ ਵਿੱਚ ਉਮਰ ਹੱਦ ਹੈ ਜੀ 25 ਤੋਂ 45 ਸਾਲ ਹੋਣੀ ਚਾਹੀਦੀ ਆ ਚਾਵਣ ਸੱਜਣ ਮਿੱਤਰ ਆਪਣਾ オリジナル ਪਾਸਪੋਰਟ ਕਲਰਡ ਪਾਸਪੋਰਟ ਫੋਟੋਕਾਪੀ ਬੀ ਪਾਸਪੋਰਟ ਸਾਈਜ਼ ਫੋਟੋ ਵਾਈਟ ਬੈਕਗਰਾਉਂਡ ਪਿੱਛੇ ਪਰਦਾ ਚਿੱਟਾ ਹੋਣਾ ਚਾਹੀਦਾ ਆ ਇਹ ਸਭ ਲੈ ਕੇ ਹੋਰ ਕਾਗਜ਼ ਪੱਤਰ ਲੈ ਕੇ 23 ਨਵੰਬਰ ਨੂੰ ਇਹਨਾਂ ਦੀ ਜਲੰਧਰ ਵਾਲੀ ਸਾਈਡ ਤੇ ਇੰਟਰਵਿਊ ਲਈ ਪਹੁੰਚੋ ਇਹ ਬਡਾਲਾ ਚੌਕ ਲੱਗਿਆ ਜੀ ਕਰਤਾਰ ਮਾਰਬਲਸ ਦੇ ਸਾਹਮਣੇ ਆ ਡਬ ਟਰੈਵਲ ਡਬ ਟ੍ਰੇਡ ਸੈਂਟਰ ਇੱਥੇ ਤੁਸੀਂ ਪਹੁੰਚ ਜਾਣਾ ਅੱਗੇ ਦੇਖੋ ਜੀ ਹੋਰ ਵੈਕੈਂਸੀਆਂ ਜੀ ਦੇ 23 ਤਰੀਕ ਨੂੰ ਹੀ ਆ ਇੰਨਾ ਸਾਰਿਆਂ ਦੇ ਇੰਟਰਵਿਊ ਰਮਾਨੀਆ ਲਈ ਸੀਐਨਸੀ ਆਪਰੇਟਰ ਆ ਜੀ ਸਾਰੇ ਅਲੱਗ-ਅਲੱਗ ਪ੍ਰਕਾਰ ਦੇ ਇਹ ਤੁਸੀਂ ਪੜ ਲੈਣੇ ਜੀਸੀਬੀ ਆਪਰੇਟਰ ਵੀ ਚਾਹੀਦੇ ਆ ਟਰੈਕਟਰ ਡਰਾਈਵਰ ਵੀ ਚਾਹੀਦੇ ਆ ਇਹਨਾਂ ਕੋ ਇੰਡੀਆ ਦਾ ਲਾਇਸੈਂਸ ਹੋਣਾ ਚਾਹੀਦਾ ਫੌਕ ਲਿਫਟ ਆਪਰੇਟਰ ਵੀ ਚਾਹੀਦੇ ਆ ਆਹ ਆ ਤਨਖਾਹ ਆ ਖਾਣਾ ਮਿਲੇਗਾ ਰਹਿਣਾ ਵੀ ਮਿਲੇਗਾ ਬਾਕੀ ਗੱਲਾਂ ਸੇਮ ਆ ਜੀ 25 ਤੋਂ 45 ਸਾਲ ਉਮਰ ਤੇ ਆਹ ਕਾਗਜ਼ ਪੱਤਰ ਚਾਹੀਦੇ ਆ ਹੋਰ ਵੈਕੈਂਸੀਆਂ ਜੀ ਦੇਖੋ ਆਟੋ ਮਕੈਨਿਕ ਆਟੋ ਡੈਂਟਰ ऑटो स्प्रे पेंटर पंप टेक्नीशियन ऑटो इलैक्ट्रीशियन हाइड्रोलिक मकैनिक टीम लीडर ऑटो सर्विस स्ट्रक्चर फिटर इंडस्ट्रियल पेंटर लॉक स्मिथ ठीक तो यही जी छे सौ छे सौ डॉलर तनखाह है जी फूड मिलेगा अकोमोडेशन मिलेगा टाइल मैसन फर्नीचर कारपेंटर फर्नीचर स्प्रे पेंटर वेल्डर इलैक्ट्रीशियन सी एन सी ओपरेटर लाठे मशीन ऑपरेटर मैनुअल लाठे ऑपरेटर हा 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 मशीन मशीना ऑपरेटर चाहिए है जी यूं पढ़ लेना 845 ਤੋਂ 25 ਦੇ ਵਿੱਚ ਵਿੱਚ ਹੋਵੇ 25 ਤੋਂ 45 ਦੇ ਵਿੱਚ ਵਿੱਚ ਹੋਵੇ ਠੀਕ ਹੈ ਇਹ ਇਹ ਸਾਰੀਆਂ ਰੂਮਾਨੀਆਂ ਨਹੀਂ ਜਿਹੜੀਆਂ ਵੈਕੈਂਸੀਆਂ ਸੀ ਉਹਦੀ ਇੰਟਰਵਿਊ ਡੇਟ ਹੈ ਜੀ 23 ਨਵੰਬਰ 23 ਨਵੰਬਰ ਨੂੰ ਇੰਟਰਵਿਊ ਆ ਜਿਲੰਦਰ ਵਿਖੇ ਬਟਾ ਚੌਂਕ ਲਾ ਕੇ ਹੋਰ ਹੈ ਜੀ ਇਜ਼ਰਾਈਲ ਲਈ ਵੈਕੈਂਸੀਆਂ ਆਈਆਂ 29 ਨਵੰਬਰ ਨੂੰ ਆ ਜੀ ਇੰਟਰਵਿਊ ਜਿਲੰਦਰ ਵਿਖੇ ਐਸੇ ਐਡਰੈਸ ਤੇ ਐਗਰੀਕਲਚਰ ਵਰਕਰ ਚਾਹੀਦੇ ਆ ਮੇਲ ਫੀਮੇਲ ਦੋਨੋਂ मिस्त्री चाहिए आलराउंडर शटरिंग कारपेंटर स्टील फिक्सर फर्नीचर कारपेंटर बिल्डिंग प्लम्बर, इलैक्ट्रीशियन पेंटर वालपेंटर यार वैकेंसियाँ है जी इजराइल पच्ची तो पंतालीस साल उम्र आ ड्यूटी अठ घंटे आ सैलरी देखो जी डॉलर सैलरी आ चौदह सौ भी ओवर टाइम अलग तो आ रना मिलेगा ट्रांसपोर्टेन भी फ्री आ फूड नहीं है जी फ्री फूड फ्री नहीं आ ਇਹ ਛੋਥੀ 1420 ਨੂੰ ਜਦੋਂ ਗੁਣਾ ਕਰੂਗੇ 82 ਨਾਲ ਇਹ ਤਕਰੀਬਨ 1,20,000 ਦੇ ਕਿਤੇ ਬਣੇਗਾ ਜੀ ਤੁਸੀਂ ਦੇਖ ਲੈਣਾ ਕਰਕੇ ਗੁਣਾ ਆਇਆ ਜੀ ਏਜੰਟਾ ਦਾ ਐਡਰੈਸ ਡਬਲ ਟ੍ਰੈਵਲ ਸਰਵਿਸ ਲਾਇਸੈਂਸ ਨੰਬਰ ਆਹ ਵਾਲਾ ਜੀ ਨੋਟ ਕਰ ਲੈਣਾ ਰੇਲਵੇ ਰੋਡ ਤਹਿਸੀਲ ਨਕੋਤਰ ਜ਼ਿਲ੍ਹਾ ਜਲੰਧਰ ਪੰਜਾਬ ਆਹ ਫੋਨ ਨੰਬਰ ਆ ਜੀ ਕਿਸੇ ਵੀ ਫੋਨ ਤੇ ਤੁਸੀਂ ਕਾਲ ਕਰੋ ਤੇ ਆਪਣੀ ਇਨਕੁਆਰੀ ਪੁੱਛੋ ਕਿੰਨਾ ਖਰਚਾ ਲੱਗਣਾ ਕਿੰਨੇ ਟਾਈਮ ਲੱਗਣਾ ਪੈਸੇ ਕਦੋਂ-ਕਦੋਂ ਦੇਣੇ ਆ ਤੇ ਇਹਨਾਂ ਦਾ ਜਲੰਧਰ ਵਿਖੇ ਐਡਰੈਸ ਕੀ ਆ ਇੱਥੇ ਤੁਸੀਂ ਕਾਲ ਕਰ ਸਕਦੇ ਆ ਤਾਂ ਸਾਰੀ ਡਿਟੇਲ ਲੈ ਸਕਦੇ ਆ ਠੀਕ ਤੇ ਇੰਟਰਵਿਊ ਹੈ ਜਲੰਧਰ ਵਿਖੇ ਇਹ ਤੁਸੀਂ ਨੋਟ ਰੱਖਣਾ ਇੰਟਰਵਿਊ ਦਿਨ ਕੋਤਰ ਨਹੀਂ ਆ ਜਲੰਧਰ ਆ ਠੀਕ ਆ ਜੀ ਅੱਜ ਲਈ ਇਨਾ ਹੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ